ਪੰਜਾਬ ਗਰਾਟੋ ਜਲੇਬੀ ਬਣਾਉਣ ਵਾਲੋਂ ਕੀ ਫਖਰੀਆ ਪੇਸ਼ਕਸ਼, ਤਵਾ ਪੀਸ, ਸਪੈਸ਼ਲ ਛੇਕ, ਗੁੜ ਵਾਲੇ ਚੌਲ, ਦਾਲ ਚਾਵਲ, ਚਨਾ ਚਾਟ, ਦਹੀਂ ਭੱਲੇ, ਸਮੋਸਾਜ, ਕੀ ਖਾਓਗੇ ਭਾਈ? ਪੰਜਾਬ ਬਿਰਿਆਨੀ, ਪੰਜਾਬ ਪਲਾਓ, ਪੰਜਾਬ ਪਲਾਓ, ਦਾਲ ਚਾਵਲ। ਇਹ ਇੱਕ ਚੀਜ਼ ਤੂੰ ਦੋ ਵਾਰੀ ਕਹਿ ਗਿਆ, ਪੰਜਾਬ ਵਾਪਸ ਕਰ। ਹਾਂਜੀ, ਵਾਪਸ ਕਰ। ਤੁਸੀਂ ਆ ਜਿਹੜਾ ਮਾਲ ਮੰਗਾਇਆ ਨਾ, ਇਹਦੇ ਪੈਸੇ ਦੇ ਦਿਓ। ਤੁਹਾਡਾ ਥੋੜ੍ਹੀ ਦੇਰ ਬਾਅਦ ਨਾ ਤੁਸੀਂ ਇੱਥੇ ਤੜਫਣਾ ਵਾ ਸਾਰਾ ਕੁਛ ਮਿਕਸ ਖਾ ਕੇ, ਅਤੇ ਮੈਂ ਨਹੀਂ ਦੇਖਿਆ ਜਾਣਾ ਕਿ ਤੁਸੀਂ, ਤੁਹਾਡੀ ਜਾਨ ਮੇਰੀਆਂ ਅੱਖਾਂ ਦੇ ਸਾਹਮਣੇ ਨਿਕਲੇ। ਪੈਸੇ ਦੇ ਦਿਓ ਪਹਿਲਾਂ। ਅੱਜ ਚਿਲਤਨ ਪਿਓਰ ਦਾ ਜੀ ਸਾਡੇ ਕੋਲ ਆਇਆ ਕਿ ਚਟਰ ਬਟਰ। ਹਾਂਜੀ, ਇਹ ਜੀ ਚਟਰ ਬਟਰ ਚਟਨੀ ਆ ਜੀ, ਇੱਕ ਜਿਸ ਤਰ੍ਹਾਂ ਗਰਮੀ ਦਾ ਮੌਸਮ ਆ, ਇਹ ਖਾਣੇ ਦੇ ਨਾਲ ਚਟਨੀ ਬਹੁਤ ਅੱਛੀ ਹੁੰਦੀ ਹੈ ਜੀ। ਹਾਂਜੀ, ਖਾਣੇ ਦੇ ਨਾਲ ਚਟਨੀ ਹੋ ਜਾਵੇ ਤਾਂ ਹੋਰ ਜ਼ਿਆਦਾ ਦੁਬਾਲਾ ਮਜ਼ਾ ਹੋ ਜਾਂਦਾ ਵਾ ਖਾਣੇ ਦਾ। ਕੀ ਕੀ ਆ ਜੀ? ਅਨਾਰਦਾਨਾ, ਇਹਦੇ ਵਿੱਚ ਅਨਾਰਦਾਨਾ ਵਾ, ਹਰੀ ਮਿਰਚ ਵਾ, ਲਸਣ ਵੀ ਆ, ਅਤੇ ਅਨਦਰ ਹੋਰ ਚੀਜ਼ਾਂ ਵੀ ਹੈ। ਹਜ਼ਾਰੀ ਬਾਤ ਆ, ਮਿਕਸ ਚਟਨੀ ਬਣਾਈ ਦੀ, ਇਹਨੂੰ ਚਿੱਕੀ ਕਹਿੰਦੇ, ਚਟਰ ਬਟਰ। ਇਹ ਤਾਂ ਗਾਣਾ ਵੀ ਬਣਿਆ ਨਾ, ਕਿਹੜਾ? ਚਟਰ ਬਟਰ ਦੇਖਤੇ ਹੋ ਕਿਆ, ਓ ਭਾਈ ਓ ਟੁਕਰ ਟੁਕਰ ਵਾਰ, ਕਿਹੜਾ ਚਟਰ ਬਟਰ। ਚਲੋ ਟੁਕਰ ਟੁਕਰ ਵਾਸਤੇ ਆ ਜਾਓ, ਅਸੀਂ ਵੀ ਚੱਲੀਏ ਕਿਤੇ। ਚਲੋ ਟੁਕਰ ਦਾ ਕਰੀਏ, ਮਿਲਦੇ ਆ ਜੀ ਵੀਡੀਓ ਦੇ ਨਾਲ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲੋਡੀ। ਆ ਹੀ ਆ ਪੰਜਾਬ ਬਿਰਿਆਨੀ ਹੈ। ਹਾਂਜੀ ਹਾਂਜੀ, ਆ ਜਾਓ ਫਿਰ। ਛੋਟੇ। ਹਾਂਜੀ ਭਾਜੀ। ਹਾਂਜੀ ਭਾਈ, ਵੀਰੇ ਭੁੱਖ ਬਹੁਤ ਲੱਗੀ ਹੈ। ਭਾਜੀ ਮੈਂ ਕਿਹੜਾ ਤੁਹਾਡੀ ਅੰਮੀ ਆ ਕਿ ਤੁਸੀਂ ਸਕੂਲੋਂ ਆਏ ਹੋ ਅਤੇ ਮੈਂ ਤੁਹਾਨੂੰ ਕੋਈ ਦੋ ਫੁਲਕੇ ਲਾ ਕੇ ਦੇਣੇ ਆ, ਜਾਂ ਮੈਂ ਤੁਹਾਨੂੰ ਕੋਈ ਛੇਤੀ ਨਾਲ ਆਮਲੇਟ ਬਣਾ ਦਾਂ ਵੀ, ਪੁੱਤ ਖਾ ਲਓ। ਇਹ ਚੀਜ਼ਾਂ ਵਾ, ਤੁਸੀਂ ਦੱਸੋ ਕੀ ਖਾਣਾ, ਕੀ ਆਪਣੇ ਕੋਲ ਹੈ, ਕੀ ਹੈ? ਹਾਂਜੀ, ਕੀ ਹੈ? ਪੰਜਾਬ ਗਰਾਟੋ ਜਲੇਬੀ ਬਣਾਉਣ ਵਾਲੋਂ ਕੀ ਫਖਰੀਆ ਪੇਸ਼ਕਸ਼, ਤਵਾ ਪੀਸ, ਸਪੈਸ਼ਲ ਛੇਕ, ਗੁੜ ਵਾਲੇ ਚੌਲ, ਦਾਲ ਚਾਵਲ, ਚਨਾ ਚਾਟ,
ਦਹੀਂ ਭੱਲੇ, ਸਮੋਸਾਜ਼ ਕੀ ਖਾਓਗੇ ਭਾਈ ਤੁਸੀਂ? ਅਤੇ ਹੋਰ ਪੰਜਾਬ ਬਿਰਿਆਨੀ, ਪੰਜਾਬ ਪਲਾਓ, ਦਾਲ ਚਾਵਲ। ਯਾਰ ਮਾਸ਼ਾਅੱਲਾ ਆਵਾਜ਼ ਤੇਰੀ ਬਹੁਤ ਵਧੀਆ ਲੱਗਦਾ। ਮੈਂ ਉਹਦੇ ਖੂਹ 'ਤੇ ਵੀ ਕੰਮ ਕਰਦਾ ਰਿਹਾ। ਨਹੀਂ ਭਾਈ ਮੇਰਾ ਤਮਾਮ ਲੇਡੀਆਂ ਫੱਟੇ 'ਤੇ ਆ ਜਾਣ, ਇਹ ਤੁਹਾਡੇ ਸਾਹਮਣੇ ਮੌਤ ਦਾ ਖੂਹ, ਇੱਕ ਕਾਰ ਅਤੇ 9 ਮੋਟਰਸਾਈਕਲਾਂ। ਨਹੀਂ ਭਾਈ ਇਹ ਮੇਰਾ ਸਟਾਈਲ ਆ, ਮੈਂ ਇਸ ਤਰ੍ਹਾਂ ਹੀ ਦੱਸਦਾ ਵਾ। ਅੱਛਾ ਸਟਾਈਲ ਆ, ਥੋੜ੍ਹਾ ਚੇਂਜ ਤਾਂ ਆਉਣਾ ਚਾਹੀਦਾ। ਹਾਂਜੀ ਚੇਂਜ ਆ, ਕਿਉਂਕਿ ਆਮ ਵੇਟਰ ਸਾਰੇ ਦੱਸਦੇ ਆ ਵੀ ਸਾਡੇ ਕੋਲ ਆਹ ਵਾ ਜੀ ਆਹ ਵਾ। ਮੈਂ ਜਿਹੜਾ ਇਹ 'ਚ ਨਾ ਅਲੈਦਾ ਇੱਕ ਪੀ ਐੱਚ ਡੀ ਕੀਤੀ ਹੈ, ਨਹੀਂ ਨਹੀਂ ਅਲੈਦਾ ਰੁੱਖ ਦਿੱਤਾ, ਇੱਕ ਤਸਵੀਰ ਅਲੈਦਾ ਪੇਸ਼ ਕੀਤੀ ਹੈ। ਹਾਂਜੀ ਭਾਈ ਕੀ ਖਾਣਾ ਪਸੰਦ ਕਰੋ? ਯਾਰ ਇਹੀ ਇੱਕ ਵਾਰੀ ਫਿਰ ਸੁਣਾ ਦੇ। ਹਾਂਜੀ ਇਹੀ ਇੱਕ ਵਾਰੀ ਫਿਰ ਸੁਣਾ। ਨਹੀਂ ਭਾਜੀ ਇਹ ਕਿਹੜਾ ਜੁਗਨੀ ਆ, ਮੈਂ ਤੁਹਾਨੂੰ ਦੁਬਾਰਾ ਸੁਣਾ ਦਾਂ ਜਾਂ ਮੈਂ ਹੀਰ ਸੁਣਾਈ ਆ ਵੀ ਇੱਕ ਵਾਰੀ ਫਿਰ ਕਹਿ ਦੇ। ਨਹੀਂ ਤਾਂ ਸਾਰਾ ਦਿਨ ਜਿੰਨੇ ਕਸਟਮਰ ਆਉਂਦੇ ਇੱਥੇ ਚ ਬਿਰਿਆਨੀ ਖਾਣ ਵਾਸਤੇ, ਹਾਂਜੀ ਉਹਨਾਂ ਨੂੰ ਮੈਨਿਊ ਦੱਸਣਾ ਹੈ ਨਾ। ਹਾਂਜੀ ਇੱਕ ਵਾਰੀ ਫਿਰ ਦੱਸ। ਪੰਜਾਬ ਗ੍ਰਾਈਟੋ ਜਲੇਬੀ ਕੀ ਫਖਰੀਆ ਪੇਸ਼ਕਸ਼, ਚਿਕਨ ਤਵਾ ਪੀਸ, ਗੁੜ ਚਾਵਲ, ਸਪੈਸ਼ਲ ਸ਼ੇਕ, ਚਨਾ ਚਾਟ, ਜ਼ੈਕੇਦਾਰ ਦਹੀਂ ਭੱਲੇ, ਪੰਜਾਬ ਬਿਰਿਆਨੀ, ਪੰਜਾਬ ਪਲਾਓ, ਦਾਲ ਚਾਵਲ। ਇਹ ਇੱਕ ਚੀਜ਼ ਤੂੰ 2 ਵਾਰੀ ਕਹਿ ਗਿਆ, ਪੰਜਾਬ ਵਾਪਸ ਕਰ। ਹਾਂਜੀ ਵਾਪਸ ਕਰ, ਇਹ ਤੂੰ ਮੈਂ ਸਿਰਫ ਤੈਨੂੰ ਫੜਨਾ ਹੀ ਸੀ, ਤੂੰ ਉੱਤੋਂ ਪੈਸੇ ਕਿਉਂ ਫੜ ਰਿਹਾ ਸਿਰਾਂ ਤੋਂ? ਹਾਂਜੀ ਸਿਰ ਤੋਂ ਕਿਉਂ ਪੈਸੇ ਫੜ ਰਿਹਾ? ਨਹੀਂ ਉਹ ਤੁਸੀਂ ਰੱਖੇ ਸੀ, ਮੈਂ ਕਿਹਾ ਬਾਅਦ 'ਚ ਵੀ ਭਾਅ ਜੀ ਟਿਪ ਦੇਣੀ ਆ। ਚਲੋ ਕਈ ਪਹਿਲੇ ਵੀ ਦੇ ਦਿੰਦੇ ਆ, ਇੱਦਾਂ ਸੁਣ ਕੇ ਨਾ ਜਦੋਂ ਮੈਂ ਸੁਣਾਉਂਦਾ ਨਾ। ਯਾਰ ਪਹਿਲੇ ਕੌਣ ਦਿੰਦਾ, ਤੇਰਾ ਦਿਮਾਗ ਠੀਕ ਆ? ਨਹੀਂ ਭਾਅ ਜੀ ਲੋਕਾਂ ਕੋਲ ਪੈਸਾ ਇੰਨਾ ਵਾ ਤੁਹਾਡੀ ਤਰ੍ਹਾਂ, ਉੱਤੋਂ ਸਿਰ 'ਤੇ ਟੋਪੀ ਪਾਈ ਲੱਗਦਾ ਆਪਰੇਸ਼ਨ ਵਾਰਡ 'ਚ ਦੌੜ। ਅੱਛਾ ਦਿਓ ਭਾਅ ਜੀ ਨੂੰ ਭੁੱਖ ਬਹੁਤ ਲੱਗੀ ਵੀਰੇ, ਭੁੱਖ ਬਹੁਤ ਲੱਗੀ, ਯਕੀਨ ਕਰ ਲੈ ਜਾਂ ਲੈ ਆ ਕੋਈ ਚੀਜ਼ ਲੈ। ਹਾਂਜੀ ਟਿਪ ਪਹਿਲੇ ਲੈ ਲਈ ਨਾ ਤੂੰ, ਨਹੀਂ ਤਾਂ ਆਹ ਕਾਹਦੇ ਲਈ ਜੇਬ 'ਚ ਪਾ ਲਿਆ, ਇਹ ਤਾਂ ਫੜਾ ਸਾਨੂੰ। ਹਾਂਜੀ ਇਹ ਤਾਂ ਫੜਾਓ, ਇਹ ਤੁਸੀਂ ਹੁਣ ਦੇਤੇ ਆ, ਉਦੋਂ ਤਾਂ ਤਮਾਸ਼ਬੀਨ ਬਣੇ ਸੀ ਫੁੱਲ, ਤੁਸੀਂ ਐਂ ਕਰਕੇ ਗੀਲਾਂ ਕਰਾਉਣ ਦਏ ਸੀ। ਉਹ ਤੇਰੀ ਆਵਾਜ਼ ਬੜੀ ਅੱਛੀ ਸੀ ਨਾ ਜਿਹੜੀ ਤੂੰ ਮੈਨਿਊ ਦੱਸ ਰਿਹਾ ਸੀਗਾ, ਪੰਜਾਬ ਬਿਰਿਆਨੀ, ਪੰਜਾਬ ਪਲਾਓ, ਸਭੀ ਖਿਲਾਓ, ਤਾਰਕ ਅਜ਼ੀਜ਼ ਬਣਿਆ ਸੀ ਤੂੰ ਉਹਦਾ। ਨਹੀਂ ਉਹ ਸਟਾਈਲ ਆ ਭਾਈ ਮੇਰਾ ਇਸ ਤਰ੍ਹਾਂ ਨਾ। ਪੰਜਾਬ ਪਲਾਓ ਵੀ ਹੈ? ਪੰਜਾਬ ਪਲਾਓ ਸੌਂ ਲਿਆਓ, ਚਲੋ ਪੰਜਾਬ ਪਲਾਓ। ਪਾਣੀ ਦਵਾਂ ਪਹਿਲੇ? ਪਾਣੀ ਪਲਾਓ, ਬਲਕਿ ਇਹ ਕਿਹਦਾ ਪਿਆ ਵਾ, ਇਹ ਹੀ ਪੀ ਲੈਂਦੇ ਥੋੜ੍ਹਾ ਜਿਹਾ। ਪੀ ਲਓ ਭਾਜੀ, ਮੈਂ ਹੀ ਘੁੱਟ ਲਾਇਆ ਸੀ ਤੁਹਾਨੂੰ। ਹਾਂਜੀ ਚਲੋ, ਤੂੰ ਵੀ ਮੁਸਲਮਾਨ ਹੀ ਹੈ, ਪਾਣੀ ਜ਼ਾਇਆ ਨਹੀਂ ਕਰਨਾ ਚਾਹੀਦਾ, ਪਾਣੀ ਦੀ ਕਦਰ ਕਰਨੀ ਚਾਹੀਦੀ। ਤੂੰ ਤਾਂ ਬਹੁਤ ਹੀ ਕਰਦਾ ਮੇਰਾ ਖਿਆਲ, ਨਹਾਉਂਦਾ ਹੀ ਨਹੀਂ ਸਾਲ, ਤੂੰ ਤਾਂ ਪਾਣੀ ਪਿੰਡੇ 'ਤੇ ਪੈਣ ਦਿੰਦਾ ਹੀ ਨਹੀਂ। ਨਹੀਂ ਭਾਜੀ ਗਰਮੀ ਹੁੰਦੀ ਆ ਇੱਥੇ, ਫਿਰ ਨਹਾਉਣਾ ਤਾਂ ਪੈਂਦਾ ਹੀ ਆ ਨਾ, ਦੁਪਹਿਰ ਨੂੰ 1-2 ਵਾਰੀ ਨਹਾ ਕੇ ਫਿਰ ਕੰਮ ਹੁੰਦਾ। ਇਹ ਚੌਂਕ ਦਾ ਕੀ ਨਾਂ ਹੈਗਾ ਭਾਜੀ? ਇਹ ਮੇਨ ਮਾਰਕੀਟ ਗੁਲਬਰਗ ਆ ਭਾਜੀ। ਦੇਖੋ ਗੁਲਬਰਗ 'ਚ ਕਿਹੋ ਜਿਹੇ ਬੰਦੇ ਬੜੇ ਚੋਰੀ। ਇਹ ਗੁਲਬਰਗ ਵਾਲਿਆਂ ਨੂੰ ਕਹਿਣਾ ਚਾਹੀਦਾ, ਮਤਲਬ ਉੱਥੇ ਲਿਖ ਕੇ ਲਾਉਣਾ ਚਾਹੀਦਾ ਵੀ ਇੱਦਾਂ ਬੰਦਾ ਨਾ ਆਵੇ। ਅੱਛਾ ਜੀ ਇੱਕ ਬਿਰਿਆਨੀ ਸਮੋਸਾ ਲਿਆਓ। ਹਾਂਜੀ ਬਿਰਿਆਨੀ ਸਮੋਸਾ ਜਲਦੀ ਆ ਜਾਏ ਯਾਰ, ਭੁੱਖ ਬਹੁਤ ਲੱਗੀ। ਭਾਜੀ ਸਮੋਸਾ ਲੈਦਾ ਵਾ, ਬਿਰਿਆਨੀ ਲੈਦਾ, ਇਕੱਠੇ ਪੜ੍ਹ ਬੈਠੇ ਆ ਤੁਸੀਂ ਲੱਗਦਾ ਨਾ, ਲਖਨਊ 'ਚੋਂ ਆਏ ਤੁਸੀਂ। ਆ ਬਿਰਿਆਨੀ ਸਮੋਸਾ ਤਾਂ ਅਸੀਂ ਪਹਿਲੀ ਵਾਰੀ ਸੁਣਨ ਡਏ ਹਾਂ ਤੁਸੀਂ ਤਾਂ। ਚੱਲ ਗ੍ਰੈਟੋ ਬਿਰਿਆਨੀ ਲੈ ਆ, ਇੱਕ ਗ੍ਰੈਟੋ ਬਿਰਿਆਨੀ। ਭਾਜੀ ਉਹ ਜਲੇਬੀ ਆ ਭਾਜੀ, ਗ੍ਰੈਟੋ ਨਾ ਜਲੇਬੀ ਆ ਅਤੇ ਬਿਰਿਆਨੀ ਲੈਦਾ ਵਾ। ਉੱਥੇ ਲੈ ਆ ਜਾਂ ਇੱਦਾਂ ਕਰੇ, ਜਲੇਬੀ ਅਤੇ ਬਿਰਿਆਨੀ ਲੈ ਆਵੇ। ਆਹੋ ਇੰਜ ਕਰ ਲਾ, ਮਿਕਸ ਕਰ ਲਿਆ। ਲੈਦਾ ਲੈਦਾ ਲਿਆਵਾਂ? ਨਹੀਂ ਇਹ ਲੈਦਾ ਲੈਦਾ ਵਾ,
ਭਾਜੀ ਜਲੇਬੀ ਲੈਦਾ ਵਾ ਬਿਰਿਆਨੀ ਲੈਦਾ ਵਾ, ਸਾਰਾ ਇੱਕੋ ਜਗ੍ਹਾ ਤੇ ਨਹੀਂ ਲਿਖਿਆ? ਨਹੀਂ ਨਹੀਂ ਇੱਕੋ ਨਹੀਂ, ਆਹ ਦੇਖੋ ਨਾ ਬਿਰਿਆਨੀ ਆ, ਚਿਕਨ ਬਿਰਿਆਨੀ, ਚਿਕਨ ਪਲਾਓ ਆ, ਸਾਦਾ ਬਿਰਿਆਨੀ ਆ, ਦਾਲ ਚਾਵਲ। ਹੱਥ ਨਾ ਨਾ ਲਾ, ਖਾਣ ਪੀਣ ਵਾਲੀਆਂ ਚੀਜ਼ਾਂ ਬਣੀਆਂ, ਹੱਥ ਕਾਹਦੀ ਲਾ ਰਿਹਾ? ਇਹ ਦਹੀਂ ਭੱਲੇ ਆ ਭਾਜੀ, ਸਮੋਸੇ ਸੁਣਿਆ ਬਹੁਤ ਮਸ਼ਹੂਰ ਆ ਇੱਥੇ, ਸਮੋਸਾ ਤੇ ਸਾਡਾ ਹੱਥੋਂ ਹੱਥ ਵਿਕਦਾ ਜੀ, ਜਲੇਬੀ ਤੁਹਾਨੂੰ ਪੂਰੇ ਪੰਜਾਬ 'ਚ ਇਸ ਤਰ੍ਹਾਂ ਦਾ ਜ਼ਾਇਕਾ ਨਹੀਂ ਮਿਲੇਗਾ, ਦੇਖੋ ਸਪੈਸ਼ਲ ਨਹੀਂ ਮਿਲੇਗਾ ਕਿਤੇ। ਹਾਂਜੀ ਮੈਂ ਅੱਛਾ ਬੰਦਾ, ਤੇ ਇਹ ਤੁਹਾਡੇ ਨਾਂ ਦੇ ਕਿਤੇ ਹੋਰ ਬ੍ਰਾਂਚ ਤੇ ਨਹੀਂ ਪੜੀ ਭਾਜੀ? ਨਹੀਂ ਭਾਜੀ, ਉਹ ਹੁੰਦਾ ਨਾ ਫਰੈਂਚਾਈਜ਼ ਵੇਚ ਦਿੰਦੇ ਅਗਲੇ, ਅੱਗੋਂ ਬੇੜਾ ਗਰਕ ਕਰ ਦਿੰਦੇ ਭਾਜੀ। ਇਹ ਪੰਜਾਬ ਗ੍ਰਾਈਟੋ ਜਲੇਬੀ ਦੀ ਇੱਕ ਹੀ ਬ੍ਰਾਂਚ ਹੈ, ਇੱਕੋ ਹੀ ਪੂਰੇ ਪੰਜਾਬ ਦੇ ਵਿੱਚ, ਸਵਾ ਇਸ ਗੁਲਬਰਗ ਮੇਨ ਤੋਂ ਹੋਰ ਕੋਈ ਬ੍ਰਾਂਚ ਕਿਤੇ ਵੀ ਨਹੀਂ ਆਈ। ਚਲੋ ਅੱਲਾ ਕਰੇ ਭਾਜੀ ਤੇ ਤੁਸੀਂ ਹੋਰ ਕਿਤੇ ਹੋਣ, ਤੁਹਾਡੀਆਂ 200 ਹੋਣ, ਅੱਲਾ ਤੁਹਾਡਾ ਕੰਮ ਚਲਾਵੇ, ਮੇਰੇ ਪੈਸੇ ਵਾਪਸ ਕਰ ਦਿਓ। ਨਹੀਂ ਪੈਸੇ ਤੇਰੇ ਕਾਹਦੇ ਵਾਪਸ ਕਰ ਦਿਓ, ਉਦੋਂ ਤੇ ਮੁਗਲ ਬਾਦਸ਼ਾਹ ਬਣਿਆ ਸੀ, 50-50 ਦੀਆਂ ਵੇਲਾਂ ਕਰਾ ਰਿਹਾ ਸੀ, ਹੁਣ ਤਾਰਾ ਕਿਹੜਾ ਦਿਲ ਘਟਣ ਡਿਆ। ਡੈਡੀ ਕੀ ਖਾਣਾ? ਜਵਾਬ ਜਾਮਣ। ਜਵਾਬ ਜਾਮਣ ਕਿਹੜੇ ਹੁੰਦੇ? ਗੁਲਾਬ ਜਾਮਣ ਆ। ਬਿਰਿਆਨੀ ਮੰਗਾ ਲਓ, ਬਿਰਿਆਨੀ ਇਹਨਾਂ ਦੀ ਮਸ਼ਹੂਰ ਆ, ਬਿਰਿਆਨੀ ਪੰਜਾਬ ਬਿਰਿਆਨੀ ਸੁਣਿਆ ਬਹੁਤ ਅੱਛੀ ਆ। ਲੱਗਦਾ ਤੁਹਾਡੇ ਕੋਲ ਟਾਈਮ ਵਾਹਵਾ ਖੁੱਲ੍ਹਾ ਹੀ ਆ, ਜਿਹੜਾ ਤੁਸੀਂ ਸਲਾਹ ਕਰੀ ਜਾਂਦੇ। ਤੁਸੀਂ ਇੰਝ ਕਰੋ, ਮੈਂ ਕੋਈ ਘੰਟੇ ਦੋ ਹੋਰ ਕੰਮ ਭੁਗਤਾ ਲਾਂ, ਤੁਸੀਂ ਸਲਾਹ ਸਲੂਹ ਕਰ ਲਓ ਉਨੀ ਦੇਰ। ਤਸਵੀਰ ਆ ਯਾਰ, ਤਸਵੀਰ ਚੋ ਕਾਹਦੀ ਸਮੈਲ ਆ ਜਾਣੀ? ਤਸਵੀਰ ਚੋ ਵੀ ਆ ਜਾਂਦੀ ਤੇਰੇ ਵਰਗੇ ਬੰਦੇ ਦੀ। ਚਲੋ ਇੱਕ ਪਲਾਓ, ਇੱਕ ਪਲਾਓ ਲਿਆਓ, ਇੱਕ ਬਿਰਿਆਨੀ, ਇੱਕ ਪਲਾਓ ਤੇ ਇੱਕ ਬਿਰਿਆਨੀ, ਤੇ ਕੋਲਡ ਡਰਿੰਕ ਨਾਲ ਕੋਈ? ਉਹ ਬਾਅਦ ਚ ਦੱਸਾਂਗਾ ਮੈਂ, ਬਾਅਦ ਚ ਸਾਲ ਬਾਅਦ ਦੱਸਣੀ, ਹੁਣੇ ਦੱਸ ਦੋ ਤੁਹਾਨੂੰ। ਇੱਕ ਚਮਚ ਤੋਂ ਬਾਅਦ ਗਸ਼ ਪੈ ਜੇ, ਮੈਂ ਮੁੜ ਕੇ ਕਿਹਨੂੰ ਪੁੱਛਣਾ ਮੁੜ? ਉਹ ਭਾਜੀ ਨਹੀਂ, ਵਾਟਰ ਦੇ ਨਾਲ ਦਿਓਗੇ ਨਾ ਪਾਣੀ? ਪਾਣੀ ਤੇ ਦਵਾਂਗੇ, ਬੋਤਲ ਮਿਨਰਲ ਵਾਟਰ ਲੈਣਾ ਵਾ ਜਾਂ ਓਪਨ ਪਾਣੀ ਲੈਣਾ? ਅੱਛਾ ਚੱਲ ਜਾ ਮੇਰਾ ਭਰਾ, ਤੈਨੂੰ ਪਸੀਨਾ ਬੜਾ ਕਿ ਏਸੀ ਉਸੀ ਵੀ ਲਾ ਲਓ ਇੱਥੇ ਕਿਤੇ। ਪਹਿਲੀ ਵਾਰੀ ਤੂੰ ਆਇਆ ਖਾਣ ਕਿਤੇ, ਸੁਣ ਕੇ ਤੇ ਆਉਂਦਿਆਂ ਡਿਮਾਂਡ ਕਰਕੇ ਏਸੀ ਲਾ ਦਈਏ ਤੂੰ, ਨਾਲੇ ਏਸੀ ਇੱਥੇ ਰਹਿੰਦਾ ਨਹੀਂ ਘੜੀ ਘੜੀ, ਤੇ ਬੂਹਾ ਖੁੱਲਣਾ, ਨਾਲੇ ਤੇਰਾ ਆਪਣਾ ਸੇਕ ਬਹੁਤ ਆ। ਇਹਦਾ ਹੀ ਬਹੁਤ ਆ। ਚਲੋ ਜਾਓ ਲਿਆਓ ਭਾਜੀ, ਇੱਕ ਪਲਾਟ ਇੱਕ ਬਿਰਿਆਨੀ, ਤੂੰ ਵੀ ਖਾਣੇ ਤੇ ਆਪਣੇ ਲਈ ਵੀ ਲੈ। ਦਾਦਾ ਸਾਹਿਬ ਜਾਣਾ ਮੈਂ ਆਪਣੀ ਦੁਕਾਨ ਤੋਂ ਲਿਆਉਣ। ਚਲੋ ਲਿਆਓ। ਕੀ ਨਾਂ ਕੀ ਆਪਣਾ? ਮੇਰਾ ਨਾਂ ਭਾਈ ਗੋਗਾ ਜੀ। ਚਲ ਜਾਓ। ਹੈ ਕੀ ਕੀ ਸੀ ਤੇਰਾ ਮੈਨੂ? ਫੇਰ ਪੁੱਛੋ ਜਰਾ ਇੱਕ ਵਾਰੀ ਮੈਂ। ਯਾਰ ਇੱਕ ਦੋ ਵਾਰੀ ਮੈਂ ਤੁਹਾਨੂੰ ਸੁਣਾਤਾ ਵਾ, ਇਹ ਤੇ ਭਾਜੀ ਇੱਕ ਦਫਾ ਹੀ ਅਗਲਾ ਸੁਣਦਾ ਵਾ ਬਾਰ ਬਾਰ, ਤੇ ਤੁਸੀਂ ਤੂੰ ਇੱਥੇ ਕੰਮ ਕਰਦਾ ਹੈ, ਕਸਟਮਰ ਨੂੰ ਦੱਸ ਕੀ ਹੈ ਤੇਰੇ ਕੋਲ? ਨਹੀਂ ਤੁਹਾਡੇ ਕੰਨ ਬੋਲੇ ਆ ਵੀ ਤੁਹਾਨੂੰ ਸਮਝ ਨਹੀਂ ਆਉਣ ਡੇ, ਇੱਕ ਵਾਰੀ ਸੁਣ ਲਿਆ ਤੇ ਤੇਰੀ ਜ਼ੁਬਾਨ ਤੇ ਛਾਲਾ ਨਿਕਲਿਆ ਵੀ ਤੂੰ ਇੱਕ ਵਾਰੀ ਸੁਣਾਉਣਾ ਬਸ, ਵੀ ਦੂਜੀ ਵਾਰੀ ਨਹੀਂ ਭਾਜੀ ਮੇਰੀ ਜ਼ੁਬਾਨ ਤਾਂ ਤੁਸੀਂ ਨਾ ਕੇ ਨਹੀਂ ਆਏ, ਜਿਹੜੀ ਹੋਸ਼ ਨਹੀਂ ਤੁਹਾਡੇ ਕੰਨਾਂ ਤੱਕ ਗੱਲ ਨਹੀਂ ਪਹੁੰਚਣ ਡੇ, ਨਾ ਕਰਿਆ ਕਰ ਤੇਰੀ ਮਿਹਰਬਾਨੀ। ਨਹੀਂ ਯਾਰ ਤੂੰ ਗੁਲਾਮ ਅਲੀ ਐਡਾ ਭਾਰਾਂ ਦੇ ਪਿਆ ਵੀ ਤੂੰ ਸੁਣਾਉਣਾ ਨਹੀਂ, ਤੂੰ ਸੁਣਾ ਵੀ ਕਿਹੜੀ, ਤੈਨੂੰ ਐਡੀ ਮੁਸ਼ਕਲ ਗਜ਼ਲ ਕਹਿਤਾ, ਕੂਬਕੂ ਕਹਿਤਾ ਤੈਨੂੰ ਵੀ, ਤੈਨੂੰ ਨਹੀਂ ਭਾਜੀ ਮੈਂ ਇੱਕ ਵਾਰੀ ਸੁਣਾਉਣਾ। ਨਹੀਂ ਤੁਸੀਂ ਸਮੋਸਾ ਖਾਣ ਆਏ ਹੋ ਕਿ ਆਰਟਸ ਕੌਂਸਲ ਆਏ ਹੋ ਵੀ ਤੁਹਾਨੂੰ ਮੈਂ ਬਾਰ ਬਾਰ ਇੱਕ ਗੱਲ ਸੁਣਾਵਾਂ? ਚਲ ਕਹਿ
ਇਹ ਤਾਂ ਉਹੀ 100 ਹੋ ਗਿਆ ਜਿਹੜਾ ਮੈਂ ਤੁਹਾਨੂੰ ਦਿੱਤਾ। ਇਹ ਮੈਂ ਹੁਣ ਤੈਨੂੰ ਬਾਅਦ 'ਚ ਦਿਆਂਗਾ, ਤੂੰ ਕਹਿ ਜਾ ਜਾਂ ਤੂੰ ਬਿਰਿਆਨੀ 'ਤੇ ਲਿਆ ਪਲਾਓ ਗੋਗੇ ਲੋ। ਉਹ ਨਹੀਂ ਮੈਂ ਵੈਸੇ ਹੀ ਕੀਤਾ ਵੀ ਮੈਂ ਕਿਹਾ ਕਹਿ ਵੀ ਸਕਦਾ ਗੋਗੇ ਜਾਓ। ਪਹਿਲਾਂ ਕੰਮ ਦੇ ਟਾਈਮ ਯਾਰ ਪਿੱਛੋਂ ਆਵਾਜ਼ ਨਹੀਂ ਮਾਰੀ ਦੀ ਹੁੰਦੀ ਜਦੋਂ ਬੰਦਾ ਕੰਮ 'ਤੇ ਜਾ ਰਿਹਾ। ਪੈਂਟ ਧੋਣੀ ਦਿੱਤੀ ਸ਼ਲਵਾਰ ਪਜਾਮਾ ਪਾਇਆ ਉਹ ਇਹੀ ਆ ਭਾਅ ਜੀ, ਬਸ ਸ਼ਲਵਾਰ ਦੇ ਉੱਤੋਂ ਕਿੱਟ ਦੀ ਜ਼ਰਾ ਪਬਲਿਸਿਟੀ ਕਰਨੀ ਹੁੰਦੀ ਆ। ਬਕਾਇਆ ਸ਼ਲਵਾਰਾਂ ਅਸੀਂ ਆਪ ਹੀ ਪਾ ਲਈ। ਚਲੋ ਲਿਆਓ ਫਿਰ ਯਾਰ, ਮੈਂ ਮੌਤ ਦੇ ਖੂਹ 'ਤੇ ਨੱਚਦਾ। ਚਲ ਜਾਓ ਪੁੱਛ ਲਓ ਨਾ ਹੋਰ ਵੀ ਕੁਛ ਮੰਗਾ ਲਓ। ਚਲੋ ਫਿਰ ਆ ਗਏ, ਆ ਜਾਂਦਾ ਫਿਰ ਆ ਜਾਂਦਾ। ਡੈਡੀ ਵੈਸੇ ਇਹਨਾਂ ਦੀ ਪੰਜਾਬ ਬਿਰਿਆਨੀ ਔਰ ਪਲਾਓ ਬੜਾ ਅੱਛਾ। ਸਮੋਸੇ ਤੇ ਇਹਨਾਂ ਦੇ ਹੰਡ ਆ ਨਾ, ਸਮੋਸਾ ਰੋਲ ਕਾਫੀ ਚੀਜ਼ਾਂ ਇਹਨਾਂ ਦੀਆਂ ਨਾ ਜਿਹੜੀਆਂ ਆਹ ਖਾਵਾਂਗੇ, ਸਾਰੀਆਂ ਹੀ ਖਾਵਾਂਗੇ। ਦਹੀਂ ਭੱਲੇ ਵੀ ਤੇ ਅੱਛੇ ਆ। ਚਲ ਤੂੰ ਵੀ ਘੱਟ ਕਰਨਾ ਸਾਰੇ ਨਾਲ ਨਾ ਦੱਸੀ ਜਾ, ਇੰਨੇ ਕੀ ਪੈਸੇ ਆ ਮੇਰੇ ਕੋਲ। ਗੋਗੇ ਆਇਆ ਭਾਈ ਜਾਨ, ਵਾਹ 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 ਆਹਾ ਇਹ ਰਹਿ ਬੜਾ ਤੂੰ ਕਿ ਮਤਲਬ ਤੂੰ ਕਿੱਥੇ ਰਹਿੰਦਾ ਵੀ ਮਤਲਬ ਦਿੱਲੀ 'ਚ ਰਹਿੰਦਾ? ਆਇਆ ਭਾਈ ਜਾਨ ਭਾਈ ਜੀ ਤਮੀਜ਼ ਨਾਲ ਜਿਹੜਾ ਇੰਝ ਹੀ ਬੁਲਾਈਦਾ ਨਾ ਤਮੀਜ਼ ਵੀ ਆਇਆ ਭਾਈ ਜਾਨ ਤਮੀਜ਼ ਲੱਗਦਾ ਚੰਗੀ ਨਹੀਂ ਲੱਗੀ ਸ਼ਕਲੋਂ ਭੋਰਾ ਨਹੀਂ ਲੱਗਦਾ ਤਮੀਜ਼ ਵਾਲਾ ਬਦਤਮੀਜ਼ ਵੇਟਰ ਲੱਗਦਾ ਆ ਬੋਟੀ ਰਾਜ ਹੀ ਖਾਂ ਆ ਹਾਂਜੀ ਆ ਬੋਟੀ ਰਾਜ ਹੀ ਖਾਂ ਆ ਨਹੀਂ ਰਾਜ ਮੈਂ ਕਿਹੜਾ ਸ਼ਾਹ ਨੂਰ ਤੋਂ ਲੈ ਕੇ ਆਇਆ ਬਿਰਿਆਨੀ ਆਹ ਤੁਹਾਡੇ ਸਾਹਮਣੇ ਉੱਥੋਂ ਤੋਂ ਲੈ ਕੇ ਇੰਨੀ ਦੇਰ 'ਚ ਮੈਂ ਬੋਟੀ ਕਿੱਥੇ ਕਿਤੇ ਪਿੱਛੇ ਸੁੱਟਦੀ ਆ ਵੀ ਬੋਟੀ ਹੈ ਹੀ ਨਹੀਂ ਭਾਈ ਹਾਂਜੀ ਬੋਟੀ ਹੈ ਹੀ ਨਹੀਂ ਭਾਅ ਜੀ ਭਾਅ ਜੀ ਤੁਸੀਂ ਆਪਣੇ 'ਤੇ ਵੀ ਗੌਰ ਨਹੀਂ ਕੀਤਾ ਤੁਹਾਡੇ 'ਤੇ ਵੀ ਮਾਸ ਬੋਟੀ ਹੈ ਨਹੀਂ ਗੀ ਭਾਅ ਜੀ ਮੈਂ ਪਲਾ ਮੰਗਿਆ ਰਿਸ਼ਤਾ ਨਹੀਂ ਮੰਗਿਆ ਹੈਲੋ ਤੁਸੀਂ ਮੈਨੂੰ ਪਸੰਦ ਕਰਨ ਲੱਗ ਪਏ ਵੀ ਤੇਰੇ 'ਤੇ ਬੋਟੀ ਹੈ ਭਰਾ ਮੇਰੇ ਇਹਦੇ 'ਚ ਹੈ ਹੀ ਨਹੀਂ ਅਸੀਂ ਯਾਰ ਹੈ ਨਹੀਂ ਮੈਂ ਜਾਦੂ ਕਰਤਾ ਇਹਦੇ 'ਤੇ ਮੈਂ ਲੈ ਕੇ ਆਇਆ ਮੈਂ ਤੁਹਾਡੇ ਸਾਹਮਣੇ ਰੱਖੀ ਆ ਮੈਂ ਪਲਾਹ ਦੇ ਵਿੱਚ ਬੋਟੀ ਲਿਆ ਕੇ ਨਹੀਂ ਅਸੀਂ ਇੰਨੀ ਵਾਰੀ ਉੱਥੋਂ ਖਾਧਾ ਵਾ ਪਲਾਹ 'ਚ ਬੋਟੀ ਹੁੰਦੀ ਆ ਬਿਹਤਰੀਨ ਬੋਟੀ ਹੁੰਦੀ ਆ ਅਤੇ ਹੁਣ ਵੀ ਮੈਂ ਲੈ ਕੇ ਆਇਆ ਤੁਸੀਂ ਤਲਾਸ਼ੀ ਕਰੋ ਯਾਰ ਤਲਾਸ਼ੀ ਜੇਬ ਕਦਰਾਂ ਮੈਂ ਨਹੀਂ ਤੇਰਾ ਕੀ ਕੰਮ ਆ ਵੀ ਤੂੰ ਪਾ ਪਾ ਕੇ ਸੈੜਾ 'ਤੇ ਸ਼ਾਮ ਨੂੰ ਸ਼ੋਪਰ 'ਚ ਪਾ ਕੇ ਬੱਚੇ ਵਾਲੀ ਲੈ ਜਾ ਉਹ ਚੋ ਪੈਂਦੀ ਆ ਬੋਟੀ ਭਾਅ ਜੀ ਇੱਦਾਂ ਕਿਤੇ ਇਹ ਛੋਰੇ ਵਾਲੀ ਨਹੀਂ ਪਲਾਓ ਵਾਲੀ ਆ ਸਾਡੇ ਚੌਲ ਲੈ ਆਏ ਭਾਅ ਜੀ ਹੋਸ਼ ਕਰੋ ਪਲਾਹ ਦੇ ਵਿੱਚ ਅਸੀਂ ਬੋਟੀ ਦਿੰਦੇ ਹਾਂ ਸਾਡਾ ਤੇ ਕੰਮ ਹੀ ਇਸ ਕੰਮ 'ਚ ਉਹ ਤੇ ਵੀਰੇ ਹੈ ਹੀ ਨਹੀਂ ਵਿੱਚ ਮੈਂ ਤੇਰੇ ਸਾਹਮਣੇ ਝੂਠ ਬੋਲਣ ਦਿਆਂ ਉਹ ਭਾਈ ਝੂਠ ਦੀ ਗੱਲ ਮੈਂ ਖਾ ਗਿਆ ਸਾਡੀ ਡੈਡੀ ਮੂੰਹ ਚੈੱਕ ਕਰਾ ਲੈ ਦੇ ਯਾਰ ਤੁਸੀਂ ਤੇ ਐਂ ਡਾਕਟਰ ਦੇ ਆਏ ਹੋ ਗਲਾ ਚੈੱਕ ਕਰਾਉਣ ਜੀਭਾਂ ਜਿਹੜੀਆਂ ਕੱਢਣ ਡਏ ਹੋ ਲੱਗਦਾ ਪਲਾਜ ਬੂਟੀ ਕਹਿੰਦੇ ਕਿ ਪਲੇਟ ਦੇ ਥੱਲੇ ਕਹਿੰਦੇ ਪਲਾਜ ਤੇ ਹੈ ਹੀ ਨਹੀਂ ਆ ਹੈ ਹੀ ਨਹੀਂ ਵੀਰੇ ਵੇਖ ਲੈ ਭਾਵੇਂ ਆ ਵੇਖ ਲੈ ਭਾਈ ਮੈਂ ਆਪ ਬੋਟੀ ਪਵਾ ਕੇ ਲਿਆਇਆ ਵਾਂ ਕੀ ਹੋਇਆ ਇੱਥੇ ਇੱਦਾਂ ਦੇ ਕੰਮ ਨਹੀਂ ਹੁੰਦੇ ਕਲਾ ਦੇ ਵਿੱਚ ਬੋਟੀ ਵੀ ਹੁੰਦੀ ਆ ਰਾਇਤਾ ਸਲਾਦ ਹੋਰ ਕਿਤੇ ਫ੍ਰੀ ਨਹੀਂ ਮਿਲੇਗਾ ਸਵਾਏ ਇਸ ਬ੍ਰਾਂਚ ਤੋਂ ਭਾਈ ਮੈਨੂੰ ਨਾ ਦੱਸ ਮੈਂ ਪਹਿਲੀ ਵਾਰੀ ਨਹੀਂ ਖਾ ਰਿਹਾ ਇੱਥੇ ਮੈਨੂੰ ਪਤਾ ਵਾ ਵੀ ਇਹੋ ਜਿਹੀ ਨਹੀਂ ਹੁੰਦੀ ਤੇ ਅੱਜ ਕਿਉਂ ਹੋਇਆ ਉਹ ਭਾਈ ਮੈਂ ਬੋਟੀ ਲੈ ਕੇ ਆਇਆ ਮੈਂ ਤੁਹਾਨੂੰ ਉਹ ਰਾਜ ਉਹ ਚਿੜੀ ਲੈ ਗਈ ਜਾਂ ਕਾਂ ਲੈ ਗਿਆ ਇਹ ਲੈ ਗਈ ਚੁੱਕੇ ਹੈਂ ਕਿਤੇ ਡੇਗ ਆਇਆ ਯਾਰ ਤੁਸੀਂ ਦੱਸੋ ਵੀ ਤੁਸੀਂ ਆਉਂਦੇ ਆ ਮੈਂ ਤੇ ਮੂੰਹ ਐ ਨੂੰ ਨਹੀਂ ਕੀਤਾ ਤੁਸੀਂ ਬੋਟੀ ਗਾਇਬ ਕਰਤੀ ਭਾਈ ਸਾਡੀ ਤਲਾਸ਼ੀ ਲੈ ਲਾ ਵੇਖ ਭਾਈ ਤੁਸੀਂ ਤਾਂ ਮੈਨੂੰ ਬੋਟੀ ਤਲਾਸ਼ੀ ਕਹਿ ਲੈਣਾ ਤੇਰਾ ਪਰਸ ਕੱਢਿਆ ਹਾਂ ਨਾ ਕਿ ਦੇ ਆ ਦੇ ਦੇ ਤੂੰ ਵੀ ਦੇ ਯਾਰ ਇੰਨੀ ਜਲਦੀ ਭਾਈ ਬੋਟੀ ਲਿਆ ਲਿਆ ਪਾਉਣੀ ਪੈਣੀ ਹੈ ਲਿਆ ਹੁਣ ਤੂੰ ਵੀ ਦੇ ਦੇਖ ਲਓ ਜਰਾਬਾਂ ਚੈੱਕ ਕਰਾ ਬੋਟੀ ਗਾਇਬ ਕਰਤੀ ਯਾਰ ਏਦਾਂ ਦੇ ਫਰਾਡੀਏ ਅਸੀਂ ਬਹੁਤ ਦੇਖੇ ਆ ਬੋਟੀ ਖਾ ਕੇ ਕਹਿਣਾ ਕੇ
ਇਹਨਾਂ 'ਚ ਤਾਂ ਨਾ ਹੋਵੇ ਕਿਤੇ ਪਾਰਟੀ, ਇਹਨਾਂ 'ਚ ਨਹੀਂ ਪਾਰਟੀ। ਮੈਂ ਭਾਜੀ ਉਹ ਫਿਰ ਮਾਲਕ ਨੂੰ ਕਹਿ ਦੇਣਾ ਤੈਨੂੰ ਕੱਢ ਦੇਣਾ ਉਹਨਾਂ ਨੇ। ਨਾ ਨਾ ਭਾਜੀ, ਮਾਲਕ ਬੜੇ ਸਖਤ ਵਾ ਉਹਨਾਂ ਨਾਲ ਨਾ ਗੱਲ ਕਰਿਓ। ਮੇਰਾ ਭਰਾ ਨਾ ਇਹ 'ਚ ਬੋਟੀ ਪਵਾ ਕੇ ਲਿਆ। ਨਹੀਂ ਇੱਦਾਂ ਭਾਜੀ ਵੀ ਉਹਨਾਂ ਨੇ ਪਾ ਕੇ ਨਹੀਂ ਦੇਣੀ, ਜਿੰਨੇ ਉਹਨੇ ਕਹਿਣਾ ਵੀ ਮੈਂ ਬੋਟੀ ਪਤਾ ਨਹੀਂ ਰਸਤੇ 'ਚ ਖਾ ਗਿਆ, ਤੁਸੀਂ ਤਾਂ ਇਲਜ਼ਾਮ ਲਾ ਰਹੇ। ਮੈਂ ਬੋਟੀ ਭਾਜੀ ਆਹ ਜਗ੍ਹਾ 'ਤੇ ਇੱਥੇ ਮੈਂ ਬੋਟੀ ਰੱਖ ਕੇ ਲਿਆਇਆ ਵਾਂ, ਆਪ ਆਪ ਨਿਸ਼ਾਨੀ ਲਾਉਂਦਾ ਵੀ ਇੱਥੇ ਰੱਖ ਕੇ ਲਿਆ। ਨਹੀਂ ਨਹੀਂ, ਮੈਂ ਸੱਜੇ ਪਾਸੇ ਬੋਟੀ ਪਈ ਸੀ, ਖੱਬੇ ਪਾਸੇ ਗੁਨਾਹ ਹੋ ਜਾਂਦਾ। ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ, ਤੁਸੀਂ ਮੈਨੂੰ ਤੇਰੀ ਨਹੀਂ ਸਮਝ ਆਉਂਦੀ, ਕੈਸਾ ਬੇਟਾ ਨਾ ਯਾਰ ਤੂੰ ਗੋਗੇ। ਖਾਂਦੇ ਪੀਂਦੇ ਕਰਦੇ ਤੇ ਤੁਸੀਂ ਲੱਗਦੇ ਤੇ ਨਹੀਂ ਗਏ, ਲੇਕਿਨ ਇਹ ਆ ਵੀ ਤੁਸੀਂ ਇਹ ਹਰਕਤ ਕੀ ਕੀਤੀ ਹੈ। ਸਾਜੀ ਅੱਗੇ ਵੀ ਆਉਨੇ ਆ, ਵੇਟਰ ਪਹਿਲੀ ਤਾਂ ਸਹੀ ਦੇਖਿਆ ਵਾ ਸਾਰੇ। ਮੈਂ ਭਾਜੀ ਨੂੰ ਕਹਿਣਾ, ਮੈਂ ਮਾਲਕਾਂ ਨੂੰ ਕਹਿਣਾ ਭਾਜੀ, ਭਾਜੀ ਮਾਲਕਾਂ ਨੂੰ ਨਾ ਕਹੋ ਮੈਂ ਪਾ ਕੇ ਲਿਆਇਆ ਵਾ ਬੂਟੀ, ਸਾਡੇ ਪਿਆਗੇ ਲਿਆ ਤੋਂ ਪਾ ਕਰ ਹਾਂ ਐ ਕਰ ਐ ਕਰ। ਯਾਰ ਮੈਂ TNT ਡਾਕਟਰ ਕੋ ਆਇਆ, ਮੈਂ ਐ ਕਰ ਐ ਕਰ ਕਰ ਦੇ ਸਹੀ। ਉਹ ਵੇ ਬੋਟੀ ਉਹ ਲੱਗੀ, ਯਾਰ ਕਿਹੜੀ ਉਹ ਭਾਈ, ਹੈਲੋ ਦਾੜ ਦੇ ਯਾਰ, ਕਿਹੜੀ ਦਾੜ ਦੇ, ਉਹ ਤਾਂ ਮੈਂ ਸੁਬਾਹ ਦੀ ਖਾਧੀ ਆ, ਕੋਈ ਰੇਸ਼ਾ ਵਿੱਚ ਰਹਿ ਗਿਆ ਹੋਊਗਾ। ਅਸੀਂ ਬੋਟੀ ਤੇਰੇ ਕੋਲ ਦੇਖ ਲਈ ਆ, ਤੇਰਾ ਮਲਾਜ਼ਾ ਕਰਾਉਣਾ, ਤੇਰਾ ਅਲਟਰਾਸਾਊਂਡ ਕਰਾਉਣਾ, ਤੇਰੀਆਂ ਪਸਲੀਆਂ 'ਚ ਬੋਟੀ ਕਢਾਉਣੀ ਅਸੀਂ। ਨਹੀਂ ਤੇ ਮੈਨੂੰ ਮੇਦੇ ਦਾ ਮਸਲਾ, ਮੇਰਾ ਅਲਟਰਾਸਾਊਂਡ ਕਰਾਉਣਾ। ਤੇਰੇ ਮੇਦੇ ਦਾ ਹੀ ਮਸਲਾ ਵਾ, ਤੂੰ ਆਉਂਦੇ ਆਉਂਦੇ ਬੋਟੀ ਗੈਪ ਕਰ ਗਿਆ। ਉਹ ਯਾਰ ਮੈਂ ਭਾਈ ਨਹੀਂ ਬੋਟੀ ਖਾਧੀ, ਤੁਸੀਂ ਦੱਸੋ ਵੀ ਬੋਟੀ ਕਿੰਨੇ ਖਾਧੀ। ਦੱਸੋ ਕਿ ਵੇਟਰ ਤੂੰ ਲੈ ਕੇ ਆਇਆ, ਅਸੀਂ ਲੈ ਕੇ ਆਏ। ਨਹੀਂ ਖਾਣ ਲਈ ਤੇ ਤੁਹਾਡੀ ਲਿਆ, ਤੁਸੀਂ ਆਪਸ ਵਿੱਚ ਹੀ ਨਹੀਂ ਰਲਣ ਦੀ, ਤੁਹਾਡੀ ਗੱਲ ਹੀ ਨਹੀਂ ਲੜਨ ਦੀ, ਤੁਸੀਂ FIR ਕਾਹਦੀ ਲਿਖਾਉਣੀ ਹੈ। ਤੇਰਾ ਮੂੰਹ ਆ, ਮੈਨੂੰ ਲੱਗਦਾ ਨੀ ਤੂੰ ਬੋਟੀ ਨਿਕਲ ਸਕਦਾ ਵਾ। ਇਹੀ ਆ ਤੇਰਾ ਜਿੱਦਾਂ ਦਾ ਮੂੰਹ ਆ, ਤੂੰ ਤੇ ਸਵੇਰ ਦੀਆਂ 20 ਖਾ ਗਿਆ। ਯਾਰ ਜਿੱਥੇ ਕੰਮ ਕਰੀਦਾ ਨਾ ਉੱਥੇ ਵੇਟਰ ਬਣ ਕੇ ਤੂੰ ਚੋਰ ਬਣਿਆ। ਮੇਰੇ ਪੈਸੇ ਕੱਟ ਲੈਣੇ, ਅਜੇ ਤੇ ਅਸੀਂ ਦਹੀਂ ਭੱਲੇ ਖਾਣੇ ਆ, ਅਜੇ ਵਿੱਚ ਪੰਜਾਬ ਜਲੇਬੀ ਖਾਣੀ, ਜਲੇਬੀ ਹਾਂਜੀ ਉਹ ਖਾਣੀ, ਅਜੇ ਅਸੀਂ ਅਜੇ ਅਸੀਂ ਗੁਲਾਬ ਜਾਮਨ ਲੈਣੇ ਆ, ਦਹੀਂ ਭੱਲੇ। ਤੁਸੀਂ ਆਏ ਕਿਹੜੇ ਮਕਸਦ ਲਈ ਹੋ? ਤੁਸੀਂ ਤੇ ਮੈਂ ਜਲੇਬੀ ਲਿਆ ਕੇ ਦਿੱਤੀ, ਤੁਸੀਂ ਕਹੋਗੇ ਜੀ ਸੀਰਾ ਕਿੱਥੇ ਆ, ਵਿੱਚ ਸੀਰਾ ਤੂੰ ਖਾ ਗਿਆ, ਤੁਸੀਂ ਅਜੇ ਉਹਦੀ ਗੱਲ ਕਰੋਗੇ? ਨਹੀਂ ਮੈਂ ਮਾਲਕਾਂ ਨੂੰ ਹੀ ਕਹਿਣਾ। ਭਾਜੀ ਮੇਰੀ ਗੱਲ ਸੁਣੋ, ਇੰਜ ਨਹੀਂ ਕਰੀਦਾ, ਮੈਂ ਲੈ ਕੇ ਆ, ਤੁਸੀਂ 100 ਨਿਆ ਤੁਸੀਂ ਵੀ ਦਵੋ, ਮੈਂ ਵੀ ਦਿੰਦਾ ਵਾ, ਇੱਥੇ ਕੋਈ ਬੰਦਾ ਬੁਲਾ ਲੈਂਦੇ ਹਾਂ, ਅਤੇ ਇੱਥੇ 100 ਨਿਆ ਦੇ ਲਓ ਵੀ ਮੈਂ ਬੋਲੀ ਲੈ ਕੇ। ਉਹ ਮੁੰਡਾ ਬੈਠਾ ਮਾਲਕ ਆ, ਉਹਨਾਂ ਨੂੰ ਬੁਲਾ ਲੈਂਦੇ ਨਾਸਰ ਭਾਈ ਨਾ ਆਪਣਾ ਭਾਜੀ। ਭਾਜੀ ਵੈਸੇ ਏਡੀ ਗੱਲ ਕੋਈ ਨਹੀਂ ਸੀਗੀ, ਸਾਰੇ ਮਾਲਕਾਂ ਕੋਲ ਜਾਣ ਦੀ। ਭਾਅ ਕੀ ਹਾਲ ਆ? ਇਹ ਭਾਅ ਨੇ ਲਿਆਇਆ ਬਰਿਆਨੀ, ਉਹਦੇ 'ਚ ਬੋਟੀ ਹੈਗੀ, ਪਲਾਓ 'ਚ ਨਹੀਂ ਹੈਗੀ। ਕਹਿੰਦਾ ਤੁਸੀਂ ਖਾ ਗਏ, ਇਹ ਰਾਹ 'ਚ ਖਾ ਗਿਆ, ਮੰਨਣ ਨਹੀਂ ਦਿਆ। ਉਹ ਰਾਹ 'ਚ ਮੈਂ ਯਾਰ ਚੀਚਾ ਵਤਨੀ ਤੋਂ ਲੈ ਗਏ ਹਾਂ ਬਰਿਆਨੀ, ਅਤੇ ਮੈਂ ਰਾਹ 'ਚ ਖਾ ਗਿਆ। ਆਹ ਸਾਹਮਣੇ ਸਟਾਲ ਆ, ਇੱਥੋਂ ਮੈਂ ਇੱਥੇ ਤੱਕ ਲੈ, ਕਿਹੜੀ ਬਰਿਆਨੀ? ਅਤੇ ਅਸੀਂ ਆਉਂਦੇ ਹੀ ਖਾ ਗਏ ਅਸੀਂ ਜਿੰਨ ਵੀ ਤੇਰੇ ਰੱਖ ਰਹੀ ਅਸੀਂ ਖਾ ਲਈ ਬੋਟੀ। ਯਾਰ ਤੁਸੀਂ ਯਾਦ ਕਰੋ, ਤੁਸੀਂ ਕਿਸੇ ਨੇ ਬੋਟੀ ਰੱਖ ਕੇ ਉੱਤੋਂ ਪਾਣੀ ਨਾ ਨਗਾ ਗਏ ਹੋ, ਤੁਹਾਨੂੰ ਚੇਤਾ ਨਹੀਂ ਹੋ? ਬੋਟੀ ਡੈਸਪਰੀਨ ਦੀ ਸੀਗੀ, ਪੈਨਾਡੋਲ ਸੀਗੀ ਬੋਟੀ, ਪਾਣੀ ਇਹਨੂੰ ਭਾਜੀ ਇਹਨੂੰ ਕੱਢੋ ਇੱਥੋਂ, ਇਹ ਤਾਂ ਗਾਹ ਖਰਾਬ ਕਰੇਗਾ ਤੁਹਾਡੇ ਵੀ। ਤੁਹਾਡਾ ਇੰਨਾ ਮਾਸ਼ਾਅੱਲਾ ਕਾਰੋਬਾਰ ਆ ਇੱਥੇ, ਇੰਨੀਆਂ ਅੱਛੀਆਂ ਤੁਹਾਡੀਆਂ ਚੀਜ਼ਾਂ ਨੇ, ਸਮੋਸਾ ਉਹ ਗਰਾਟੋ, ਫਿਰ ਬਰਿਆਨੀ ਪੰਜਾਬ ਪਲਾਓ, ਇਹ ਖਰਾਬ ਕਰ ਰਹੇ ਆ ਗਾਹਕ। ਉਹ ਗਾਹਕ ਖਰਾਬ ਨਹੀਂ ਕਰ ਰਹੇ, ਇਹਨੂੰ ਪੁੱਛੋ ਤੁਸੀਂ, ਪੁੱਛੋ। ਨਹੀਂ ਮੈਂ ਤੁਹਾਨੂੰ ਦੱਸਦਾ ਜੀ, ਮੈਂ ਉੱਥੋਂ ਇਹਨਾਂ ਨੇ ਕਿਹਾ ਇੱਕ ਬਰਿਆਨੀ ਅਤੇ ਇੱਕ ਪਲਾਓ,
ਬਿਰਿਆਨੀ 'ਚ ਵੀ ਬੋਟੀਆਂ ਪਈਆਂ ਵਾ। ਵਸੀਮ ਨੂੰ ਪੁੱਛ ਲਵੋ, ਵਸੀਮ ਨੇ ਆਪ ਪਲਾ 'ਚ ਬੋਟੀ ਪਾਈ ਆ। ਵਸੀਮ ਤਾਂ ਤੂੰ ਮਿਲੇ ਹੋ, ਤੁਸੀਂ ਕਿਤੇ ਵੇਚਦੇ ਹੋ ਗੋਸ਼ਤ ਸ਼ਾਦੀ ਹਾਲਾਂ 'ਚ? ਇੱਕ ਬੋਟੀ ਵੇਚਦੇ ਹਾਂ ਸ਼ਾਦੀ ਹਾਲ 'ਚ ਅਸੀਂ ਜਾ ਕੇ। ਤੁਸੀਂ ਦਿਹਾੜੀ 'ਚ ਇੱਕ ਹੀ ਕਰਦੇ, ਇੱਥੇ ਤਾਂ ਲੱਖਾਂ ਗਾਹਕ ਆਉਂਦੇ। ਉਹ ਚੁੱਕ ਕੇ ਲਿਆ ਭਾਈ, ਪਲਾਓ ਲਿਆਓ ਯਾਰ। ਐਡਾ ਕਾਹਦੇ ਦੱਸਦੇ, ਤੇਰੇ ਬੱਚੇ ਆ ਨਿੱਕੇ ਨਿੱਕੇ, ਬੋਟੀ ਦੱਸਦੇ ਕਿੱਥੇ ਹੀ। 24 ਸਾਲ ਕੈਦ ਹੋ ਜੂ ਬੋਟੀ ਤੋਂ ਮੈਨੂੰ। ਇਹ ਦੇਖੋ ਭਾਈ, ਇਹ ਦੇਖੋ, ਇਹ ਪਲਾਓ ਤੁਹਾਡਾ ਐਡਾ ਮਜ਼ੇਦਾਰ ਹੁੰਦਾ, ਬੋਟੀ ਹੈ ਹੀ ਨਹੀਂ ਵਿੱਚ। ਹਾਂਜੀ, ਉਹ ਸਾਰੇ ਹੈ ਸੀ, ਮੈਂ ਲੈ ਕੇ ਦੇ ਕੇ ਆਇਆ। ਇਹਨਾਂ ਨੂੰ ਪੁੱਛੋ ਵੀ ਖਾ ਗਏ ਆ। ਉਹ ਯਾਰ ਖਾ ਕੇ ਗਏ, ਤੁਹਾਨੂੰ ਮੂੰਹ ਚੈੱਕ ਕਰਾਤਾ ਸੀ ਤੇ ਤੁਹਾਨੂੰ ਰੱਖ ਨਹੀਂ ਖਾ ਗਏ ਸੀ? ਸਾਡੀ ਤਲਾਸ਼ੀ ਲਈ ਇਹਨੇ ਜੇਬਾਂ ਚੈੱਕ ਕਰਾਈਆਂ, ਮੂੰਹ ਚੈੱਕ ਕਰਾਇਆ। ਨਹੀਂ ਸਰ, ਕੋਈ ਇਹਨਾਂ ਦੇ ਨਾਲ ਤੀਸਰਾ ਬੰਦਾ ਵਾ ਜਿਨ੍ਹਾਂ ਨੇ ਨਾ ਬੋਟੀ ਫੜਾ ਕੇ ਬਾਹਰ ਭੇਜਤਾ ਇਹਨਾਂ ਨੇ। ਉਹ ਤੀਸਰਾ ਬੰਦਾ, ਅਸੀਂ ਕਬਜ਼ਾ ਲੈਣ ਆਏ ਇੱਥੇ ਵੀ ਤੀਸਰਾ ਬੰਦਾ। ਸਾਨੂੰ ਤਾਂ ਭੁੱਖ ਲੱਗੀ, ਤੂੰ ਉੱਤੋਂ ਆਪਣੀ ਪਾ ਦਿੱਤੀ ਸਾਨੂੰ। ਨਹੀਂ ਵੀ ਤੀਸਰਾ ਬੰਦਾ ਛੱਤੇ ਵਿੱਚ ਬੋਟੀ ਉੱਤੇ ਸਿੱਟਦੀ ਲੈ ਗਿਆ। ਆਹੋ, ਵੀ ਪਿੱਛੇ ਖਿਲਾ ਰਿਹਾ ਬੰਦਾ, ਲੈ ਜਾ ਬਈ। ਭਾਅ ਜੀ ਨਹੀਂ ਸਰ, ਮੇਰੀ ਗੱਲ ਸੁਣੋ, ਸਾਡੇ ਕੋਲ ਨਹੀਂ ਹੈ, ਮੈਂ ਬੋਟੀ ਲੈ ਕੇ ਆਇਆ ਵਾ। ਇਹ ਨਾ ਸਿਰਫ ਹੁਣ ਇਹ ਕਦੋਂ ਦਾ ਇੱਥੇ ਕੰਮ ਕਰ ਰਿਹਾ ਜੀ? ਕਿੰਨੇ ਸਾਲ ਹੋ ਗਏ ਇਹਨੂੰ? ਬਹੁਤ ਪੁਰਾਣਾ ਲੱਗ ਵੀ ਰਿਹਾ। ਸੀਨੀਅਰ ਬੰਦੇ ਹਮਾਰੇ, ਬਹੁਤ ਪੁਰਾਣਾ ਹੈ, ਲੱਗ ਵੀ ਰਿਹਾ। ਇਹਨੂੰ ਕੱਢੋ ਹੁਣ, ਬਹੁਤ ਪੁਰਾਣਾ ਹੋ ਗਿਆ। ਉਹ ਯਾਰ, ਇੱਕ ਬੋਟੀ ਦੇ ਇਲਜ਼ਾਮ ਤੋਂ ਕੱਢ ਦੇਣ ਮੈਨੂੰ, ਉਹ 6-7 ਸਾਲ ਦੀ ਮੇਰੀ ਸਰਵਿਸ ਆ। ਤੂੰ ਆਪਣੇ ਬੱਚਿਆਂ ਨੂੰ ਹਰਾਮ ਖਾਉਣਾ? ਉਹ ਹਰਾਮ, ਇੱਕ ਬੋਟੀ ਤੋਂ ਸਾਰਾ ਟੱਬਰ ਹਰਾਮ ਹੋ ਜੂਗਾ। ਉਹ ਇੱਕ 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 ਨਵਾਲਾ ਵੀ ਹਰਾਮ ਹੋਵੇ ਨਾ ਤੇ ਸਾਰਾ ਹੀ ਹਰਾਮ ਹੋ ਜਾਂਦਾ। ਤੇ ਆਪ ਵੀ ਸੋਚੋ, ਤੁਹਾਡੇ ਦੋਵਾਂ ਚੋਂ ਕਿੰਨੇ ਖਾਧੀ ਆ? ਉਹ ਵੀ ਨਵਾਲਾ ਹਰਾਮ ਹੀ ਸੀ ਜਿਹੜਾ ਖਾਧੀ। ਸਾਡੇ ਚੋਂ ਦੋਵਾਂ ਚੋਂ ਕਿੰਨੇ ਖਾਧੀ ਆ? ਇਹਨੇ ਖਾਧੀ ਨਹੀਂ, ਆਪਸ ਮੇ ਸੋਚਣਾ ਤੁਸੀਂ ਤੇ ਕਿੰਨੇ ਖਾਧੀ ਆ। ਹੁਣ ਭਾਜੀ ਕੀ ਫੈਸਲਾ ਕਰਦੇ ਹੋ ਦੱਸੋ? ਆਪ ਪਰੇਸ਼ਾਨ ਹੋ, ਆਪ ਬੈਠੇ ਹੋ, ਆਪ ਕੋ ਚੇਂਜ ਕਰਵਾ ਦਿੰਦੇ ਹੋ ਬੋਟੀ ਨਹੀਂ? ਹੁਣ ਕਹਿਤਾ ਮਾਲਕਾਂ ਨੇ, ਕਹਿਤਾ ਪਾ ਕੇ ਲਿਆ ਬੋਟੀ। ਜਦੋਂ ਵਸੀਮ ਬੋਟੀ ਪਾਵੇ ਤੇ ਤੂੰ ਇਹ ਮੋਬਾਈਲ ਤੇ ਨਾ ਵੀਡੀਓ ਬਣਾ ਲੈਣੀ ਥੋੜੀ ਜੀ। ਉਹ ਯਾਰ ਇੱਦਾਂ ਨਹੀਂ ਭਾਈ ਹੁੰਦਾ, ਅਸੀਂ ਵੀਡੀਓ ਬਣਾਉਣ 'ਚ ਰਹੀਏ ਹਰ ਗਾਹਕ ਦੀ, ਸਮਝਦੇ ਹਾਂ? ਇਹ ਸਾਈਬਰ ਕ੍ਰਾਈਮ ਦੇ ਵਿੱਚ ਚਲਾ ਜਾਣਾ ਤੇਰਾ, ਮਤਲਬ ਕੇਸ। ਅਸੀਂ ਕਹਿੰਦੇ ਮਾੜਾ ਬੰਦਾ, ਤੈਨੂੰ ਲਾਈ ਫੜਵਾਈਏ। ਆਹੋ, ਅਸੀਂ ਕਹਿੰਦੇ ਕਿ ਚਲੋ ਤੇਰੇ ਬੱਚੇ ਰੋਟੀ ਖਾ ਰਹੇ ਆ ਤੇ ਖਾਈ ਜਾਣ। ਨਹੀਂ ਇਹ ਕੀ, ਇੱਕ ਬੋਟੀ ਤੋਂ ਕੀ ਮੈਨੂੰ ਕਹਿ ਦੋਗੇ ਵੀ ਐਨ ਆਰ ਓ ਦੇ ਕੇ ਬਾਹਰ ਕੱਢ ਦੋਗੇ ਮੁਲਕ 'ਚੋਂ? ਐਨ ਆਰ ਓ ਤੇਰਾ ਈ ਸੀ ਐਲ 'ਚ ਨਾ ਪਾਵਾਂਗੇ। ਇਹ ਤਾਂ ਕੰਮ ਮਾੜਾ ਨਾ, ਇੰਨਾ ਨਾਮ ਹੈ ਇਹਨਾਂ ਦਾ ਯਾਰ। ਇੱਕ ਬੋਟੀ ਤੋਂ ਵੀ ECL ਪੈ ਜਾਂਦਾ? ਪੈ ਜਾਂਦਾ, ਬਿਲਾ ਵਜ੍ਹਾ ਵੀ ਪੈ ਜਾਂਦਾ ਜੀ। ਮਿਹਨਤ ਲੱਗਣ ਡਿਆ ਵੇ, ਇੱਕ ਬੋਟੀ ਤੋਂ ਕੁੱਤਾ ਵੀ ਪੈ ਜਾਂਦਾ ਜਿੱਦਾਂ ਤੁਸੀਂ ਪਏ ਮੈਨੂੰ। ਲਿਆ ਬੋਟੀ ਪਵਾ। ਸੀਮ ਭਾਈ ਆ, ਬੋਟੀ ਪਾ ਦੇ। ਭਾਜੀ ਨਜ਼ਰ ਆ ਰਹੀ ਉੱਤੇ, ਜ਼ਿੰਦਗੀ 'ਚ ਕਦੀ ਬੋਟੀ ਵੇਖੀ ਆ ਪਹਿਲਾਂ? ਆ ਵੇਖੋ, ਇਹਨੂੰ ਬੋਟੀ ਕਹਿੰਦੇ ਆ, ਬੋਟੀ ਆ ਮੈਂ ਪਾ ਕੇ ਲਿਆਇਆ ਵਾਂ। ਇਹਨੂੰ ਕਹਿੰਦੇ ਭਾਜੀ, ਮੈਂ ਕਦੋਂ ਕਹਿੰਦਾ ਚੌਕਲੇਟ ਨੂੰ ਬੋਟੀ ਕਹਿੰਦੇ ਆ? ਹਾਂਜੀ, ਅੱਗੇ ਤੁਸੀਂ ਰਾਜ ਖਾਧੀ, ਉਹਨੂੰ ਵੀ ਬੋਟੀ ਹੀ ਕਹਿੰਦੇ ਆ। ਕਿਹੜੀ ਰਾਜ ਭਾ ਮੈਂ ਖਾ ਲਈ, ਆਵੇ ਢਿੱਡ ਕੱਢੀ ਜਾਣਾ ਆਰਾਮ ਖਾ। ਹੈਲੋ ਹੈਲੋ ਅਕਲਕਾਰ ਯਾਰ, ਆਪਣੇ ਗਾਹਕ ਰਹਿ। ਜਲੇਬੀਆਂ ਪਵਾ ਕੇ ਲਿਆ, ਗਲਾਠੋ ਗਲਾਠੋ ਪਵਾ ਕੇ ਲਿਆ, ਬਿਰਿਆਨੀ ਤੇ ਜਲੇਬੀਆਂ ਪਾ ਲਿਆ। ਕਿਹੜੀ ਤੁਹਾਨੂੰ ਮੌਤ ਚੁੱਕੀ ਫਿਰਦੀ ਆ, ਅੱਜ ਪੁੱਠੀਆਂ ਪੁੱਠੀਆਂ ਆਈਟਮਾਂ ਖਾ ਰਹੇ ਹੋ ਤੁਸੀਂ? ਜਲੇਬੀ ਮੰਗਾਉਣੀ ਆ, ਲੈਦਾ ਮੰਗਾਓ। ਇਹ ਭਾਈ ਪਹਿਲਾਂ ਨਾ ਆਪਣੇ ਟਿਸ਼ੂ ਟੁਸ਼ੂ ਨਾਲ ਸਾਫ਼ ਕਰ ਆਪਣੇ। ਉਹ ਕਰ ਲਾਂਗੇ ਭਾ, ਸਾਡੀ ਦੁਕਾਨਦਾਰੀ ਆ। ਸਾਨੂੰ ਵੱਧ ਦਾ ਸ਼ੌਂਕ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ, ਤੂੰ ਪਸੀਨੇ ਪਸੀਨੇ ਹੋਇਆ ਲੜ ਭਾਈ, ਲੜਕੇ ਲਿਆਇਆ ਤੂੰ, ਇੰਨੇ ਪਸੀਨਾ ਆਇਆ ਤੈਨੂੰ? ਬੋਟੀ ਕਿਸੇ ਦੇ ਹੱਥੋਂ ਖੋ ਕੇ ਲਿਆ, ਘੋੜੇ ਤੇ ਫਤਿਹ ਕਰਕੇ ਲਿਆਇਆ ਬੋਟੀ? ਆਹੋ ਭਾਈ, ਮਜ਼ਦੂਰੀ ਆ, ਮਜ਼ਦੂਰੀ ਫਿਰ ਇੱਦਾਂ ਪਸੀਨਾ ਆਉਂਦਾ ਹੀ ਆ, ਹੱਕ ਹਲਾਲ ਦੀ ਜਦੋਂ ਕਰਨੀ ਆ ਨਾ
ਇੱਥੋਂ ਵੀ ਪਹੁੰਚ ਜਾ ਇੱਥੋਂ ਮਜ਼ਦੂਰੀ ਕਹਿੰਦਾ ਮਜ਼ਦੂਰੀ ਵੀ ਤੂੰ ਤਸਲੇ 'ਚ ਲਿਆ ਮੈਂ ਬ੍ਰੇਨ ਮਜ਼ਦੂਰੀ ਵੀ ਸਿਰ 'ਤੇ ਲੈ ਆਇਆ ਕਾਹਦੀ ਮਜ਼ਦੂਰੀ ਆ ਮਜ਼ਦੂਰੀ ਹੁੰਦੀ ਇੱਟਾਂ ਸੁੱਟੋ ਉਹ ਕਰੋ ਉਹ ਹਾਂ ਮੈਂ ਇੰਨਾ ਕਦੀ ਖਪਿਆ ਹੀ ਨਹੀਂ ਜਦੋਂ ਤੁਹਾਡੇ ਵਰਗੇ ਕੋਈ ਚਵਲ ਗਾਹਕ ਆ ਜਾਣ ਫਿਰ ਇੱਦਾਂ ਹੀ ਪਸੀਨਾ ਆ ਹੈਲੋ ਹੈਲੋ ਗੋਗੇ ਜੀ ਭਾਈ ਜਾਨ ਇਹਦੇ ਆ ਭਾਈ ਜਾਨ ਹਾਜ਼ਰ ਭਾਈ ਜਾਨ ਇਹਦੇ ਉੱਤੇ ਗਲੈਟੋ ਪਵਾ ਕੇ ਲਿਆ ਗਲੈਟੋ ਯਾਰ ਤੂੰ ਲੈਦਾ ਮੰਗਾ ਲਾ ਕੀ ਤੇਰਾ ਦਿਮਾਗ ਖਰਾਬ ਆ ਤੇਰਾ ਯਾਰ ਖਾਣੀ ਮੈਂ ਆ ਕਿ ਤੂੰ ਤੂੰ ਇਹਦੇ ਉੱਤੇ ਪਾ ਕੇ ਲਿਆ ਇਹਦਾ ਟੇਸਟ ਹੀ ਬੜਾ ਬਣਨਾ ਬਿਰਿਆਨੀ ਤੇ ਗਲੈਟੋ ਦਾ ਹਾਂ ਭਾਈ ਮੇਰੇ ਗਲੀਆਂ ਬਹੁਤ ਛੋਟੀਆਂ ਵਾ ਇੱਥੇ ਰੈਸਕਿਊ ਛੇਤੀ ਨਾ ਆਉਂਦੀ ਕੋਈ ਨਹੀਂ ਉਸ ਹਿਸਾਬ ਨਾਲ ਖਾਇਓ ਜੋ ਖਾਣਾ ਤੂੰ ਪਵਾ ਕੇ ਲਿਆ ਉਹਨਾਂ ਨੇ ਮੋਟਰਸਾਈਕਲ ਵੀ ਚਲਾਏ ਆ ਮੋਟਰਸਾਈਕਲ ਵਾਲੇ ਹੀ ਪਹੁੰਚ ਜਾਂਦੇ ਇਸ ਟਾਈਮ ਪਾਕਿਸਤਾਨ 'ਚ ਕੰਮ ਹੀ ਅੱਛਾ ਉਹ ਕਰ ਰਹੇ ਨੇ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਕਿਉਂ ਜੀ ਯਾਨੀ ਕਿ ਮੋਟਰਸਾਈਕਲ 'ਤੇ ਤੁਸੀਂ ਜਾਣਾ ਹਸਪਤਾਲ 'ਚ ਸੋਚ ਕੇ ਆਏ ਉਹ ਯਾਰ ਨਹੀਂ ਜਾਂਦੇ ਅਸੀਂ ਸਾਲਣ ਆਪਣਾ ਲੂਣ ਵਾਲੇ ਚੌਲਾਂ 'ਤੇ ਮਿੱਠੇ ਪਾ ਕੇ ਮਿਕਸ ਕਰਕੇ ਖਾ ਲਈਦੇ ਆ ਨਾ ਉਹ ਤਾਂ ਖਾ ਲਈਦੇ ਪਰ ਮਿੱਠੇ ਚੌਲਾਂ 'ਚ ਸਾਲਣ ਪਾ ਲਈਦਾ ਨਾ ਪਾ ਲਈਦਾ ਵਾ ਜਲੇਬੀਆਂ 'ਚ ਕੌਣ ਪਾਉਂਦਾ ਬਿਰਿਆਨੀ 'ਚ ਅਸੀਂ ਪਾਉਂਦੇ ਹਾਂ ਇਹਨਾਂ ਦੀ ਜਲੇਬੀ ਹੈ ਹੀ ਬੜੀ ਅੱਛੀ ਆ ਗੋਗੇ ਹਾਂਜੀ ਬਾਈ ਜਾਨ ਇੱਧਰ ਆਓ ਇਹਦੇ 'ਤੇ ਗਲੈਟੋ ਅਤੇ ਇਹਦੇ 'ਤੇ ਫਰੂਟ ਚਾਟ ਪਵਾ ਲਿਆ ਯਾਰ ਤੁਹਾਡਾ ਕੀ ਦਿਮਾਗ ਖਰਾਬ ਹੋਇਆ ਭਾਈ ਦਹੀਂ ਭੱਲੇ ਪੈਂਦੇ ਹੁੰਦੇ ਆ ਪਲਾ 'ਤੇ ਤੁਸੀਂ ਤਾਂ ਕਿਉਂ ਹੈਦਾ ਕਰਾਉਣ ਤੁਰੇ ਹੋ ਹਾਂ ਤੁਸੀਂ ਆ ਜਿਹੜਾ ਮਾਲ ਮੰਗਾਇਆ ਨਾ ਇਹਦੇ ਪੈਸੇ ਦੇ ਦਿਓ ਤੁਹਾਡਾ ਥੋੜ੍ਹੀ ਦੇਰ ਬਾਅਦ ਨਾ ਤੁਸੀਂ ਇੱਥੇ ਤੜਫਣਾ ਵਾ ਸਾਰਾ ਕੁਛ ਮਿਕਸ ਖਾ ਕੇ ਅਤੇ ਮੈਂ ਨਹੀਂ ਦੇਖਿਆ ਜਾਣਾ ਕਿ ਤੁਸੀਂ ਤੁਹਾਡੀ ਜਾਨ ਮੇਰੀਆਂ ਅੱਖਾਂ ਦੇ ਸਾਹਮਣੇ ਨਿਕਲੇ ਪੈਸੇ ਦੇ ਦਿਓ ਪਹਿਲਾਂ ਯਾਰ ਪੈਸੇ ਦੇ ਦਿਆਂਗੇ ਤੂੰ ਪਵਾ ਕੇ ਤਾਂ ਲਿਆ ਮੇਰਾ ਭਰਾ ਇਹਦੇ 'ਤੇ ਨਹੀਂ ਨਹੀਂ ਭਾਈ ਥੋੜ੍ਹਾ ਬਹੁਤ ਐਡਵਾਂਸ ਦੇ ਦਿਓ ਨਾ ਫਿਰ ਦੇ ਉਹ ਥੋੜ੍ਹਾ ਬਹੁਤ ਕੋਈ ਪੰਜ ਮਰਲੇ ਦਾ ਅਸੀਂ ਪਤੀਲਾ ਲੈਣ ਲੱਗੇ ਤੇਰੇ ਕੋਲ ਤੁਸੀਂ ਐਡਵਾਂਸ ਦੇ ਦਿਓ ਨਾ ਬਕਾਇਆ ਹੌਲੀ ਹੌਲੀ ਦਿੰਦੇ ਰਹੋ ਮੈਂ ਇੱਧਰ ਪਾਣੀ ਲਿਆਉਂਗਾ ਉਦੋਂ ਦੇ ਦਿੱਤਾ ਟਿਸ਼ੂ ਲਿਆਊਂਗਾ ਉਦੋਂ ਦੇ ਦਿੱਤੇ ਐਡਵਾਂਸ ਦੇ ਦਿਓ ਕੋਈ ਗੱਡੀ ਬੁੱਕ ਕਰਾਉਣੀ ਅਸੀਂ ਵੀ ਐਡਵਾਂਸ ਦੇ ਦਈਏ ਐਡਵਾਂਸ ਭਾਈ ਅੱਲਾ ਰਹਿਮ ਕਰੇ ਕੀ ਲੈ ਬੈਠੇ ਤੇਰੇ ਕੋਲੋਂ ਏਸੀ ਲਿਆ ਵੀ ਹੈਲੋ 100 ਦੇਵੋ ਨਾ ਹੈਲੋ 100 ਇਹ ਤੇ 100 ਉਹ ਆ ਨਾ ਜਿਹੜਾ ਮੈਂ ਤੁਸੀਂ ਪਹਿਲਾਂ ਮੈਨੂੰ ਦਿੱਤਾ ਸੀ ਉਹ ਰੇਂਜ ਹੀ ਹੈ ਤੇ ਪਹਿਲਾਂ ਵੀ ਤੇ ਅਸੀਂ ਹੀ ਦਿੱਤਾ ਸੀ ਤੂੰ ਐਵੇਂ ਕਹਿੰਦਾ ਪਾਗਲ ਜਿਹਾ ਉਹਨੂੰ ਤਾਂ ਸਾਰਾ ਯਾਦ ਆ ਪੰਜਾ ਮੇਰਾ ਭਰਾ ਨਾ ਪਾਗਲ ਇੱਥੇ ਇੱਥੇ ਗਲੈਟੋ ਇਹਦੇ ਤੇ ਫਰੂਟ ਚਾਟ ਕੀ ਯਾਰ ਤੈਨੂੰ ਕੀ ਤਕਲੀਫ ਕੀ ਹੈ ਸਲੇ ਚਿੱਬੜ ਗਏ ਉਹ ਕੀ ਗਿਆ ਮੈਂ ਕਿਹਾ ਭਾਈ ਆਇਆ ਜੀ ਆਇਆ ਮੈਂ ਨਾ ਜਲਦੀ ਆ ਜਲਦੀ ਉਹੀ ਗੱਲ ਕੀਤੀ ਨਾ ਫਿਰ ਚੌਲ ਚੂਲ ਉੱਥੇ ਬਹਿ ਕੇ ਖਾਇਆ ਤੇ ਆ ਲੈ ਉਹ ਖਾ ਨਹੀਂ ਲਏ ਭਾਈ ਜਾਨ ਮੈਂ ਲੈ ਕੇ ਆਉਂਦਾ ਵਾਂ ਤੇ ਉਹਦੇ ਉੱਤੇ ਕਿਉਂ ਨਹੀਂ ਪਾਏ ਭਾਈ ਇਹੋ ਜਿਹਾ ਮੁੱਦਾ ਸੀ ਆਪਣੇ ਤੇ ਨਹੀਂ ਪਾਉਣਾ ਮੈਂ ਤੁਹਾਨੂੰ ਚਾਵਲ ਵੀ ਲਿਆ ਦਿੰਦਾ ਪਲਾਓ ਵੀ ਬਿਰਿਆਨੀ ਵੀ ਉਹ ਤੁਸੀਂ ਆਪ ਭਰ ਲਿਓ ਜਿੱਦਾਂ ਆ ਵੇਖਿਆ ਜੀ ਜਲੇਬੀ ਕੈਸੀ ਆ ਬਹੁਤ ਅੱਛੀ ਚੱਲ ਪਾ ਹੁਣ ਇਹਨਾਂ 'ਤੇ ਨਾ 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 ਇਹ ਕੰਮ ਭਾਈ ਤੁਸੀਂ ਆਪ ਆਪਣੇ ਹੱਥਾਂ ਨਾਲ ਹੀ ਕਰਨਾ ਤਾਂ ਬੋਟੀ ਉਹਦੀ ਵੀ ਇੱਦਾਂ ਹੀ ਵੀ ਹੈ ਉਹ ਯਾਰ ਤੁਹਾਡੇ 'ਤੇ ਕਿਸੇ ਨੇ ਤਵੀਜ਼ ਪਾਏ ਤੁਹਾਡੀਆਂ ਬੋਟੀਆਂ ਗਾਇਬ ਹੋਣ ਡੀਆਂ ਯਾਰ ਹੈ ਹੀ ਨਹੀਂ ਹੁਣ ਤੂੰ ਯਾਰ ਤੇਰੇ ਸਾਹਮਣੇ ਤੂੰ ਉਹ ਯਾਰ ਤੁਸੀਂ ਜਦੋਂ ਮੈਂ ਦੇਖ ਕੇ ਗਿਆ ਵਾਂ ਤੁਸੀਂ ਖਾ ਲਈ ਆ ਬੋਟੀ ਤੇਰਾ ਦਿਮਾਗ ਠੀਕ ਆ ਤੈਨੂੰ ਉੱਦਾਂ ਹੀ ਅਸੀਂ ਦਿੱਤਾ ਵੀ ਇੱਥੇ ਤੂੰ ਜਲੇਬੀਆਂ ਪਵਾ ਲਿਆ ਤੇ ਫਰੂਟ ਚਾਟ ਪਵਾ ਲਿਆ ਤੇ ਪਾ ਲਓ ਹੁਣ ਮੈਂ ਕੀ ਤੁਹਾਨੂੰ ਕਹੀ ਦੇਵਾਂ ਤੁਹਾਨੂੰ ਪਾਉਣਾ ਕਾਹਦੇ ਤੇ ਅਸੀਂ ਮਤਲਬ ਆਪਣੇ ਸਿਰ 'ਚ ਪਾ ਲਈਏ ਬੋਟੀ ਆਨੀ ਕਿ ਬੋਟੀਆਂ ਤੂੰ ਰਾਹ 'ਚ ਖਾ ਲਿਆ ਫਿਰ ਉਹ ਫਿਰ ਰਾਹ 'ਚ ਯਾਰ ਨਹੀਂ ਮੈਂ ਖਾਧੀਆਂ ਭਾਈ ਤੁਹਾਨੂੰ ਬੋਟੀ ਦਿੱਤੀ ਆ ਤੁਸੀਂ ਆਪ ਖਾ ਲਈ ਆ ਬੋਟੀ ਉਹ ਤੇਰਾ ਦਿਮਾਗ ਠੀਕ ਆ ਤੂੰ ਪਾਗਲ ਤਾਂ ਨਹੀਂ ਗਾ ਯਾਰ ਭਾਈ ਪਾਗਲ ਨਹੀਂ ਗਾ ਚੁੱਪ ਕਰਕੇ ਨਾ ਖਾਓ ਯਾਰ ਬੋਟੀਆਂ ਹੀ ਹੈ ਨਹੀਂ ਇਹਦੇ 'ਚ ਆ ਲੈ ਹੁਣ ਚੰਦਾ ਮੰਗਣ ਆ ਗਿਆ ਉਹ ਚੰਦਾ ਨਹੀਂ ਭਾਈ ਟਿਸ਼ੂ ਆ ਕੀ ਹੋ ਗਿਆ ਟਿਸ਼ੂ ਤੇ ਬੋਟੀਆਂ ਉਹ ਕਿਹੜੀਆਂ ਬੋਟੀਆਂ ਯਾਰ ਤੁਸੀਂ ਮੇਰੀਆਂ ਬੋਟੀਆਂ ਤੋੜਨੇ ਲਈਆਂ ਵਾ
ਬੋਟੀਆਂ ਬੋਟੀ ਤੁਹਾਨੂੰ ਮੈਂ ਦਿਖਾਈ ਨਹੀਂ ਵੀ ਆਹ ਬੋਟੀ ਪਈ ਵਿਖਾ ਕੇ ਵਿਖਾ ਲਈਦੀ ਹੈ ਉਹ ਕਿਹੜੀ ਮੈਂ ਖਾ ਗਿਆ ਯਾਰ ਵਿਖਾ ਕੇ ਤੁਹਾਡੇ ਮੈਂ ਨਾਲ ਤੁਹਾਨੂੰ ਵਿਖਾਈ ਨਹੀਂ ਵੀ ਬੋਟੀ ਪਈ ਹੈ ਦੁਬਾਰਾ ਬੋਟੀ ਪਾਈ ਫੋਨ ਨਾ ਕਰਿਓ ਇੱਥੇ ਜਦੋਂ ਪਿਆ ਸੀ ਮੈਂ ਤੁਹਾਨੂੰ ਦਿਖਾਈ ਹੈ ਨਾ ਵੀ ਇੱਕ ਬੋਟੀ ਆ ਪਈ ਆ ਪਈ ਤੇ ਫੇਰ ਮੈਂ ਬਾਹਰ ਨੀ ਗਿਆ ਲੈਣ ਉਹ ਤੇ ਮਦਾਰੀ ਵੀ ਵਿਖਾਉਂਦੇ ਆ ਵੇਖੋ ਜੀ ਮੇਰੇ ਹੱਥ ਦੇ ਵਿੱਚ ਚੀਜ਼ ਆ ਇਹ ਗਾਇਬ ਹੋ ਗਈ ਉਹ ਤੇ ਨਹੀਂ ਤਾਂ ਉਹ ਯਾਰ ਹੈਲੋ ਯਾਰ ਤੁਹਾਨੂੰ ਮੈਂ ਬੂਟੀ ਪਾਈ ਨਹੀਂ ਮੈਨੂੰ ਤਾਂ ਸਮਝਣਾ ਯਾਰ ਤੁਸੀਂ ਕਿਹੜੇ ਗੋਸ਼ਤ ਖੋਰ ਕਬੀਲੇ ਨਾਲ ਤਲਕ ਆ ਤੁਹਾਡਾ ਮੈਂ ਬੋਟੀ ਪਾ ਕੇ ਨਹੀਂ ਦਿੱਤੀ ਤੁਹਾਨੂੰ ਬੋਟੀ ਲਿਆ ਉੱਥੋਂ ਮੈਂ ਵੀਡੀਓ ਬਣਾ ਲਈ ਉਦੋਂ ਹੀ ਇਸੇ ਕਰਕੇ ਤੁਹਾਨੂੰ ਚੌਥੀ ਵਾਰੀ ਮੈਂ ਬੋਟੀ ਪਾ ਦਿੱਤੀ ਹੈ ਮੈਂ ਕਰਨ ਲੱਗਾ ਮਾਂ ਕਰੋ ਕਰੋ ਇਹਨੇ ਫੇਰ ਹੀ ਇਹਦਾ ਆਖਰੀ ਦਿਨ ਲੱਗਦਾ ਇੱਥੇ ਕੰਮ ਤੇ ਇੱਕ ਬੋਟੀ ਹੈਲੋ 15 ਉਹ ਇੱਕ ਬੋਟੀ ਤੋਂ ਮਰੀਮ ਨੂੰ ਫੋਨ ਨਾ ਕਰਦੇ